ਫਿਰੌਤੀ ਦੀ ਰਕਮ ਨਹੀਂ ਮਿਲੀ ਤਾਂ ਇਹਨਾਂ ਬਦਮਾਸ਼ਾਂ ਨੇ ਦੁਕਾਨ ਤੇ ਆ ਕੇ ਹੀ ਗੋਲੀਆਂ ਚਲਾ ਦਿੱਤੀਆਂ। ਵਾਰਦਾਤ ਵੇਲੇ ਦੁਕਾਨ ਦਾ ਮਾਲਕ ਵੀ ਆਪਣੀ ਦੁਕਾਨ ਦੇ ਵਿੱਚ ਮੌਜੂਦ ਹੁੰਦਾ ਹੈ। ਦਰਅਸਲ ਇਹਨਾਂ ਬਦਮਾਸ਼ਾਂ ਨੇ ਦੁਕਾਨਦਾਰ ਤੋਂ 50 ਲੱਖ ਦੀ ਫਿਰੌਤੀ ਮੰਗੀ ਸੀ ਅਤੇ ਜਦੋਂ ਫਿਰੌਤੀ ਦੀ ਰਕਮ ਨਹੀਂ ਮਿਲੀ ਤਾਂ ਇਹਨਾਂ ਬਦਮਾਸ਼ਾਂ ਨੇ ਦੁਕਾਨ ਤੇ ਆ ਕੇ ਹੀ ਤਾੜ-ਤਾੜ ਗੋਲੀਆਂ ਚਲਾ ਦਿੱਤੀਆਂ। ਇਸ ਘਟਨਾ ਤੋਂ ਬਾਅਦ ਇਲਾਕੇ ਦੇ ਵਿੱਚ ਸਹਿਮ ਦਾ ਮਾਹੌਲ ਬਣਿਆ ਹੋਇਆ। ਇਹ ਘਟਨਾ ਬਟਾਲਾ ਤੋਂ ਸਾਹਮਣੇ ਆਈ ਹੈ ਜਿੱਥੇ ਗੋਲੀਆਂ ਚੱਲਣ ਦਾ ਸਿਲਸਿਲਾ ਰੁਕਣ ਦਾ ਨਾਮ ਨਹੀਂ ਲੈ ਰਿਹਾ ਅਤੇ ਹੁਣ ਇਹਨਾਂ ਬਦਮਾਸ਼ਾਂ ਨੇ ਜਵੈਲਰ ਦੀ ਦੁਕਾਨ ਤੇ ਗੋਲੀਆਂ ਚਲਾਈਆਂ ਨੇ, ਜਿਸ ਕਾਰਨ ਇਸ ਵਾਰਦਾਤ ਦੇ ਦੌਰਾਨ ਦੁਕਾਨ ਦਾ ਸ਼ੀਸ਼ਾ ਟੁੱਟ ਗਿਆ। ਪਰ ਗਨੀਮਤ ਇਹ ਰਹੀ ਕਿ ਦੁਕਾਨ ਮਾਲਕ ਦੀ ਜ਼ਿੰਦਗੀ ਬਚ ਗਈ। ਹਾਲਾਂਕਿ ਗੋਲੀ ਦੁਕਾਨ ਮਾਲਕ ਦੇ ਬਹੁਤ ਨਜ਼ਦੀਕ ਦੀ ਲੰਘੀ ਸੀ, ਪਰ ਇਸ ਵਾਰਦਾਤ ਤੋਂ ਬਾਅਦ ਪਰਿਵਾਰ ਦੇ ਵਿੱਚ ਪੂਰਾ ਸਹਿਮ ਦਾ ਮਾਹੌਲ ਵੇਖਣ ਨੂੰ ਮਿਲ ਰਿਹਾ ਹੈ। ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਜਿਸ ਤਰ੍ਹਾਂ ਬਟਾਲਾ ਦੇ ਇਲਾਕਿਆਂ ਦੇ ਵਿੱਚ ਗੋਲੀਆਂ ਚੱਲ ਰਹੀਆਂ ਨੇ, ਲੋਕਾਂ ਦਾ ਬਟਾਲਾ ਪੁਲਿਸ ਪ੍ਰਸ਼ਾਸਨ ਤੋਂ ਵਿਸ਼ਵਾਸ ਉੱਠਦਾ ਨਜ਼ਰ ਆ ਰਿਹਾ। ਉੱਥੇ ਹੀ ਇਲਾਕੇ ਦੇ ਨਗਰ ਕੌਂਸਲ ਦੇ ਪ੍ਰਧਾਨ ਨੇ ਵੀ ਪੁਲਿਸ ਪ੍ਰਸ਼ਾਸਨ ਤੇ ਵੱਡੇ ਸਵਾਲ ਚੁੱਕੇ ਨੇ। ਉਹਨਾਂ ਦਾ ਕਹਿਣਾ ਹੈ ਕਿ ਜਦੋਂ ਦੁਕਾਨ ਮਾਲਕ ਨੂੰ ਇਹ ਧਮਕੀ ਮਿਲੀ ਸੀ ਤਾਂ ਉਹਨਾਂ ਵੱਲੋਂ ਨਾਲ ਲੱਗਦੀ ਪੁਲਿਸ ਨੂੰ ਸ਼ਿਕਾਇਤ ਵੀ ਦਿੱਤੀ ਗਈ ਸੀ, ਪਰ ਇਸ ਦੇ ਬਾਵਜੂਦ ਪੁਲਿਸ ਪ੍ਰਸ਼ਾਸਨ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ ਤੇ ਹੁਣ ਇਸ ਦਾ ਅੰਜਾਮ ਸਭ ਦੇ ਸਾਹਮਣੇ ਆ ਗਿਆ। ਫਿਲਹਾਲ ਉਹਨਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਹੁਣ ਮੰਗ ਕੀਤੀ ਹੈ ਕਿ ਜਲਦੀ ਤੋਂ ਜਲਦੀ ਇਹਨਾਂ ਬਦਮਾਸ਼ਾਂ ਨੂੰ ਟਰੇਸ ਕੀਤਾ ਜਾਵੇ ਤੇ ਸਖਤ ਕਾਰਵਾਈ ਕੀਤੀ ਜਾਵੇ। ਬੜੀ ਮਾੜੀ ਘਟਨਾ ਨੰਨਣਯੋਗ ਆ। ਅੱਜ ਦੇਸਰਾਜ ਜੂਲਰ ਜਿਹੜੀ ਸ਼ੋਪ ਆ, ਇੱਕ ਨਾਮੀ ਪਰਿਵਾਰ ਆ, ਕਾਰੋਬਾਰੀ ਪਰਿਵਾਰ ਆ, ਔਰ ਉਹਨਾਂ ਦੇ ਉੱਤੇ ਇੱਕ ਬਾਈਕ ਤੇ ਆਉਂਦੇ ਨੇ ਮੁੰਡੇ ਉੱਤੇ ਤਾੜ-ਤਾੜ ਗੋਲੀਆਂ ਚਲਾ ਕੇ ਚੱਲ ਜਾਂਦੇ ਆ। ਪਿਛਲੇ ਦਿਨ ਹੀ ਇਹਨਾਂ ਨੂੰ ਥਰੈਡ ਕਾਲਸ ਵੀ ਆਉਂਦੀਆਂ, ਇਹਨਾਂ ਵੱਲੋਂ ਮਾਨਯੋਗ SSP ਬਟਾਲਾ ਨੂੰ ਮਿਲ ਕੇ ਸਾਰੀ ਇਨਫੋਰਮੇਸ਼ਨ ਦਿੱਤੀ ਹੋਈ ਸੀ, ਕੰਪਲੇਂਟ ਦਿੱਤੀ ਹੋਈ ਸੀ, ਪਰ ਕਿਤੇ ਨਾ ਕਿਤੇ ਉਹਨਾਂ ਕੰਪਲੇਂਟ ਥਾਣੇ ਘੱਲ ਦਿੱਤੀ। ਥਾਣੇ ਦਾ ਢਿੱਲੇ ਰਵੱਈਏ ਕਾਰਨ, ਨਾ ਇਨਵੈਸਟੀਗੇਟ ਕਰਨ ਕਾਰਨ ਆ ਸਾਰਾ ਕੁਝ ਹੋਇਆ। ਅੱਜ ਮੈਂ ਸਮਝਦਾ ਵੀ ਸ੍ਰੀ ਹਰਗੋਬਿੰਦਪੁਰ ਪੁਲਿਸ ਜਿਹੜੀ ਆ, ਖਾਸ ਕਰਕੇ ਥਾਣੇ ਦੀ ਪੁਲਿਸ ਜਿਹੜੀ ਆ, ਉਹ ਨਾਕਾਮ ਰਹੀ ਇਸ ਗੱਲ ਦੇ ਵਿੱਚ ਕਿ ਇੱਕ ਗੈਂਗਸਟਰ ਚੈਲੰਜ ਕਰਕੇ ਆਉਂਦਾ ਤੇ ਗੋਲੀਆਂ ਮਾਰ ਕੇ ਚਲਾ ਜਾਂਦਾ ਤੇ ਸਾਡੀ ਪੁਲਿਸ ਕੀ ਕਰਦੀ ਹੈ ਜੀ? ਜਿਹਨਾਂ ਨੂੰ ਪਹਿਲਾਂ ਤੋਂ ਹੀ ਇਨਫੋਰਮ ਕੀਤਾ ਹੋਇਆ, ਜਿਹਨਾਂ ਨੂੰ ਸਾਰੀ ਗੱਲ ਦਾ ਪਤਾ ਹੋਇਆ, ਸਾਨੂੰ ਵਿਸ਼ਵਾਸ ਅੱਜ ਦੁਆਇਆ DSP ਸਾਡੇ ਸ੍ਰੀ ਹਰਗੋਬਿੰਦਪੁਰ ਕੱਕੜ ਜੀ ਹੋਣਾ ਨੇ ਕਿ ਉਹ 2-4 ਦਿਨਾਂ ਦੇ ਵਿੱਚ ਬੰਦੇ ਟਰੇਸ ਕਰ ਲੈਣਗੇ। ਅਗਰ ਬੰਦੇ ਟਰੇਸ ਹੁੰਦੇ ਨੇ, ਸਾਰੀ ਗੱਲ ਦਾ ਪਤਾ ਲੱਗਦਾ ਆ, ਕਿਉਂਕਿ ਜਿਹੜੀ ਗੋਲੀ ਚੱਲੀ ਆ ਤੁਸੀਂ ਕੈਮਰੇ 'ਚ ਦਿਖਾਇਓ, ਜਿਹੜੇ ਅੰਦਰ ਦੁਕਾਨ 'ਤੇ ਬੈਠੇ ਹੋਏ ਨੇ ਉਹਨਾਂ ਦੀ ਬਿਲਕੁਲ ਖੂਨ ਦੀ ਨਿਕਲੀ ਆ, ਔਰ ਇਹ ਇੱਕ ਜਾਨੀ ਹਮਲਾ ਹੋਇਆ। ਇੱਕ ਮਤਲਬ ਮੈਂ ਸਮਝਦਾ ਕਿ ਰੱਬ ਨੇ ਲਿਖੀ ਕਾਰਨ ਇਹਨਾਂ ਨੂੰ ਬਚਾ ਲਿਆ, ਜਿਸ ਕਾਰਨ ਆ ਗੋਲੀ ਚੱਲੀ ਆ। ਬਚਾਅ ਹੋਣਾ ਬਹੁਤ ਮੁਸ਼ਕਿਲ ਸੀਗਾ, ਔਰ ਮੈਂ ਮੰਗ ਕਰਦਾ SSP ਬਟਾਲਾ ਤੋਂ ਕਿ ਸਖਤ ਕਾਰਵਾਈ ਇਹਨਾਂ ਦੇ ਵਿਰੁੱਧ ਹੋਣੀ ਚਾਹੀਦੀ ਔਰ ਬੰਦੇ ਜਲਦ ਤੋਂ ਜਲਦ ਫੜੇ ਜਾਣੇ ਚਾਹੀਦੇ। CCTV ਕੈਮਰੇ ਹਰ ਜਗ੍ਹਾ ਤੇ ਲੱਗੇ ਹੋਏ ਨੇ, ਇਸ ਸ਼ੌਪ ਤੇ ਲੱਗੇ ਹੋਏ ਨੇ, CCTV ਕੈਮਰੇ ਕੱਢ ਕੇ ਦੇ ਤੇ ਉਹਨਾਂ ਨੂੰ, 1-2 ਗੱਡੀਆਂ ਦਾ ਸ਼ੱਕ ਆ ਉਹ ਵੀ ਕੱਢ ਕੇ ਵੀਡੀਓ ਇਹਨੂੰ ਦੇ ਤੇ, ਹੁਣ ਟਰੇਸ ਕਰਨ ਵਾਲਾ ਕੰਮ। ਸ਼ਹਿਰ 'ਚ ਹਰ ਜਗ੍ਹਾ ਤੇ ਕੈਮਰੇ ਲੱਗੇ, ਇਹਨਾਂ ਦੇ ਪਰਸਨਲ ਤੌਰ ਤੇ ਇਹਨਾਂ ਦੀ ਸ਼ੌਪ ਤੇ ਕੈਮਰੇ ਲੱਗੇ ਹੋਏ ਨੇ। ਲੱਗਾ ਜੀ ਸਰ ਗੋਲੀ ਚੱਲੀ ਆ ਬੀਬੀ ਸਾਹਿਬ ਦੀ ਦੁਕਾਨ ਤੇ, ਉਹ ਮੌਕੇ ਤੇ ਆਏ ਆ ਤੇ ਵੈਰੀਫਾਈ ਕਰ ਰਹੇ ਪਏ, ਤੁਸੀਂ ਕਰ ਰਹੇ ਆ ਇਸ ਕਾਰਨ ਪਤਾ ਲੱਗਾ ਕੋਈ ਇਹਨਾਂ ਨੂੰ ਕੋਈ ਦੱਸ ਰਹੇ ਕੋਈ ਤੈਨੂੰ ਕੋਈ ਕਾਲ ਆਈ ਸੀ ਸਾਡੇ ਕਾਲ ਉਹ ਬੰਦ ਹੋਈ ਆ ਦਰਕਾਰ ਪੁਲਿਸ ਕਰ ਰਹੇ ਆਏ ਸਾਹਮਣੇ? ਹਾਂਜੀ ਆਏ ਜੀ, ਪੁਲਿਸ ਕਰ ਰਹੇ ਆ। ਠੀਕ ਹੈ ਜੀ।